ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਨੀ ਆ ਟੋਰਾਂਟੋ ਇਲਾਕੇ ਦੀ, ਜਿੱਥੋਂ ਅਜੇ ਖਬਰਾਂ ਆ ਰਹੀਆਂ ਕਿ ਨਾਲ ਲੱਗਦੇ ਸ਼ਹਿਰ ਮਿਸੀਸਾਗਾ ਵਿਖੇ ਇੱਕ ਬਹੁਤ ਵੱਡਾ ਬਿਜ਼ਨਸ ਪਲਾਜ਼ਾ ਹੈਗਾ ਜੀ, ਮੇਵਿਸ ਰੋਡ ਦੇ ਬ੍ਰਿਟੇਨੀਆ ਰੋਡ ਦੇ ਕੋਲ, ਉੱਥੇ ਕੈਨੇਡੀਅਨ ਟਾਇਰ ਸਟੋਰ ਦੇ ਵਿੱਚ ਸ਼ੋਰੇਬਾਜ਼ੀ ਦੀ ਘਟਨਾ ਕੱਲ੍ਹ ਸ਼ਾਮ ਤਕਰੀਬਨ 6 ਵਜੇ ਵਾਪਰੀ ਆ। ਇਸ ਦੇ ਵਿੱਚ ਇੱਕ ਔਰਤ ਦੀ ਚਾਕੂ ਮਾਰ ਮਾਰ ਕੇ ਜਿਹੜਾ ਜੀ ਹੱਤਿਆ ਕਰ ਦਿੱਤੀ ਗਈ, ਕਤਲ ਕਰ ਦਿੱਤਾ ਗਿਆ, ਅਤੇ ਇਸ ਮਾਮਲੇ ਦੇ ਵਿੱਚ ਉਸ ਵਿਅਕਤੀ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਹੁਣ ਜਿਹੜਾ ਗ੍ਰਿਫਤਾਰ ਹੋਇਆ ਵਿਅਕਤੀ ਆ ਉਹਦੀ ਪਛਾਣ 26 ਸਾਲਾਂ ਦੇ ਚਰਨਜੀਤ ਸਿੰਘ ਵਜੋਂ ਕੀਤੀ ਗਈ ਆ, ਅਤੇ ਇਹਦੇ ਉੱਤੇ ਪਹਿਲੇ ਦਰਜੇ ਦੇ ਕਤਲ ਦੇ ਕੇਸ ਜਿਹੜੇ ਆ ਉਹ ਚਾਰਜ ਆ ਲਾਏ ਗਏ ਆ। ਫਸਟ ਡਿਗਰੀ ਮਰਡਰ ਦੇ ਅਧੀਨ ਇਹਨੂੰ ਚਾਰਜ ਕੀਤਾ ਗਿਆ ਆ, ਅੰਟੈਰੀਓ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਇਹਦੀ ਪੇਸ਼ੀ ਹੋਊਗੀ, ਉਸ ਤੋਂ ਬਾਅਦ ਅਗਲੀ ਗੱਲ ਪਤਾ ਲੱਗਣੀ ਆ। ਮਰਨ ਵਾਲੀ ਔਰਤ ਕੌਣ ਸੀਗੀ, ਉਹਦਾ ਇਸ ਨਾਲ ਕੀ ਸੰਬੰਧ ਸੀਗਾ, ਇਸ ਸੰਬੰਧੀ ਹਾਲੇ ਪੁਲਿਸ ਵੱਲੋਂ ਕੋਈ ਵੀ ਜਾਣਕਾਰੀ ਹੁਣ ਖਬਰਾਂ ਦੇਣ ਤੱਕ ਜਿਹੜੀ ਆ ਬਾਹਰ ਨਹੀਂ ਕੱਢੀ ਗਈ ਸੀਗੀ। ਗੱਲ ਕਰੀਏ ਸਰੀ ਦੀ, ਤਾਂ ਸਰੀ ਦੇ ਵਿੱਚ ਫਿਰ ਘਟਨਾ ਵਾਪਰੀ ਆ, 126 ਸਟਰੀਟ ਅਤੇ 88 AM ਦੇ ਲਾਗੇ ਅੱਜ ਪੁਲਿਸ ਨੇ ਦੁਪਹਿਰ ਬਾਅਦ ਤੋਂ ਕਾਫੀ ਘੇਰਾ ਪਾਇਆ ਹੋਇਆ, ਉੱਥੇ ਲੋਕਾਂ ਨੂੰ ਲੰਘਣ ਦੇ ਵਿੱਚ ਵੀ ਪਰੇਸ਼ਾਨੀ ਆ ਰਹੀ ਆ। ਗੁਆਂਢੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਵਿਅਕਤੀ ਜਿਹੜਾ ਪੰਜਾਬੀ ਨਹੀਂ ਹੈਗਾ, ਉਹ ਗੱਡੀ ਦੇ ਵਿੱਚੋਂ ਜ਼ਖਮੀ ਹਾਲਤ 'ਚੋਂ ਮਿਲਿਆ, ਅਤੇ ਉਹ ਜਾਪਦਾ ਜਿਵੇਂ ਕਿਸੇ ਨੇ ਉਹਦੇ ਗੋਲੀਆਂ ਮਾਰੀਆਂ ਹੋਣ। ਸੋ ਪੁਲਿਸ ਇਸ ਇਲਾਕੇ ਦੇ ਵਿੱਚ ਪੂਰੀ ਮੁਸਤੈਦੀ ਦੇ ਨਾਲ ਛਾਣਬੀਣ ਕਰ ਰਹੀ ਹੈ ਜੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।